ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 23 ਫਰਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 23 ਫਰਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ 2024 ਵਿੱਚ ਬੈਸਟ 네ਗੇਟਿਵ ਰੋਲ ਦਾ ਖਿਤਾਬ ਕਿਸ ਨੂੰ ਮਿਲਿਆ ਹਾਂਜੀ ਜੇਕਰ ਤੁਹਾਨੂੰ ਆ ਜਾਵੇ ਕਿ ਦਾਦਾ ਸਾਹਿਬ ਫਾਲਕੇ ਅਵਾਰਡ 2024 ਕਿਸ ਨੂੰ ਮਿਲਿਆ ਤਾਂ ਰਾਈਟ ਆਨਸਰ ਹੋਵੇਗਾ ਆਪਸ਼ਨ ਸੀ ਉਪਰੋਕਤ ਦੋਵੇਂ ਯਾਨੀ ਕਿ ਵਿੱਕੀ ਕੌਸ਼ਲ ਅਤੇ ਬੋਵੀ ਦੇਓਲ ਨੂੰ ਪਰ ਹੁਣ ਇੱਥੇ ਮੈਂ ਲਿਖਿਆ ਹੋਇਆ ਵਾ ਕਿ ਬੈਸਟ 네ਗੇਟਿਵ ਰੋਲ ਦਾ ਖਿਤਾਬ ਕਿਸ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ 2024 ਦੇ ਵਿੱਚ ਬੋਵੀ ਦੇਓਲ ਨੂੰ ਐਨੀਮਲ ਫਿਲਮ ਦੇ ਲਈ ਬੈਸਟ 네ਗੇਟਿਵ ਰੋਲ ਦਾ ਖਿਤਾਬ ਮਿਲਿਆ ਤਾਂ ਹੁਣ ਇਸ ਦਾ ਰਾਈਟ ਆਨਸਰ ਹੋਵੇਗਾ ਬੋਵੀ ਦੇਓਲ অপশন বি ইজ আ রাইট অ্যানসার এ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਵਿੱਕੀ ਕੌਸਲ ਇਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ 2024 ਵਿੱਚ ਸैम ਬਹਾਦਰ ਫਿਲਮ ਦੇ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕੁਐਸਚਨ ਤੁਹਾਨੂੰ ਕਿਸੇ ਵੀ ਤਰ੍ਹਾਂ ਕੁਮਾਫਰਾ ਕੇ ਆ ਸਕਦਾ ਹੋ ਸਕਦਾ ਉਹ ਬੈਸਟ ਐਕਟਰ ਦਾ ਅਵਾਰਡ ਪੁੱਛ ਲੈਣ ਕਿ ਦਾਦਾ ਸਾਹਿਬ ਫਾਲਕੇ ਅਵਾਰਡ 2024 ਵਿੱਚ ਬੈਸਟ ਐਕਟਰ ਦਾ ਕਿਤਾਬ ਕੀ ਨੂੰ ਮਿਲਿਆ ਵਿੱਕੀ ਕੌਸਲ ਨੂੰ ਕਿਹੜੀ ਫਿਲਮ ਦੇ ਲਈ ਮਿਲਿਆ ਸैम ਬਹਾਦਰ ਫਿਲਮ ਦੇ ਲਈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਮੈਂ ਇੱਥੇ ਇੱਕ ਆਪਸ਼ਨ ਲਿਖੀ ਹੋਈ ਆਪਸ਼ਨ ਡੀ ਗੁਲ ਗੁਲਜ਼ਾਰ ਇਹ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਗੁਲਜ਼ਾਰ ਅਤੇ ਰਾਮ ਪਧਰਾਚਾਰੀਆਂ ਨੂੰ 58ਵੇਂ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੋਨੋਂ ਹੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਅਵਾਰਡ ਆ ਦਾਦਾ ਸਾਹਿਬ ਫਾਲਕੇ ਅਵਾਰਡ ਤੇ ਗਿਆਨਪੀਠ ਅਵਾਰਡ ਨੈਕਸਟ ਕੁਐਸਚਨ ਹਾਲ ਹੀ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈਟਵਰਕ ਵਾਲਾ ਕਿਹੜਾ ਦੇਸ਼ ਬਣਿਆ ਹੈ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਦੂਜੇ ਨੰਬਰ ਤੇ ਸੜਕੀ ਨੈਟਵਰਕ ਵਾਲਾ ਦੇਸ਼ ਬਣਿਆ ਵਾ ਸਾਡਾ ਦੇਸ਼ ਭਾਰਤ ਆਪਸ਼ਨ ਸੀ ਇਸ ਆ ਰਾਈਟ ਆਂਸਰ ਰਾਈਟ ਆਨਸਰ ਦੂਜਾ ਸਭ ਤੋਂ ਵੱਡਾ ਛੜਕੀ ਨੈਟਵਰਕ ਵਾਲਾ ਦੇਸ਼ ਬਣਿਆ ਵਾ ਸਾਡਾ ਦੇਸ਼ ਭਾਰਤ ਪਹਿਲਾ ਅਮਰੀਕਾ ਵਾ ਤੇ ਦੂਸਰਾ ਭਾਰਤ ਆ ਤੇ ਤੀਜੇ ਤੇ ਚੀਨ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਭਾਰਤ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਜੀ ਅਤੇ ਪ੍ਰੈਜ਼ੀਡੈਂਟ ਆ ਰਾਸ਼ਟਰਪਤੀ ਡਰਾਪਦੀ ਮੁਰਮੂ ਜੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੁੱਧ ਦੇ ਉਤਪਾਦਨ ਦੇ ਵਿੱਚ ਅਤੇ ਜਨਸੰਖਿਆ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਭਾਰਤ ਨੂੰ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਕਿਹੜੀ ਕਿਹੜੇ ਸੱਤ ਦੇਸ਼ ਆ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਭੂਟਾਨ ਤੇ ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ ਲੰਘਦੀ ਆ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ ਭਾਰਤ ਦਾ 5ਵਾਂ ਸਥਾਨ ਖੇਤਰਫਲ ਦੇ ਪੱਖੋਂ ਭਾਰਤ ਦਾ 7ਵਾਂ ਸਥਾਨ ਠੀਕ ਹੈ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਭਾਰਤ ਦੀ ਸਪੇਸ ਏਜੰਸੀ ਦਾ ਨਾਮ ਆ ਇਸਰੋ ਤੇ ਇਸਰੋ ਨੇ ਪਹਿਲਾ ਮਹਿਲਾ ਰੋਬੋਟ ਤਿਆਰ ਕੀਤਾ ਵਾ ਜਿਸ ਦਾ ਨਾਮ ਆ ਬਾਇਓ ਮਿੱਤਰ ਆ ਤੇ ਇਹ ਪੁਲਾੜ ਦੇ ਵਿੱਚ ਉਡਾਨ ਭਰੇਗਾ ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ ਦਾ 80ਵਾਂ ਸਥਾਨ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈਅንስ ਲਾਂਚ ਕੀਤਾ ਭਾਰਤ ਸ਼੍ਰੀਲੰਕਾ ਲਈ ਸਹਿਸਪਾਟਾ ਸਰੋਤ ਵਜੋਂ ਉੱਭਰਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਲੋਬਲ ਆਦਿਕ ਬਣਿਆ ਨੈਕਸਟ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਵਿੱਚ ਕਿਸ ਰਾਜ ਵਿੱਚ ਸ਼ੁਰੂ ਕੀਤੀ ਗਈ ਹਾਂਜੀ ਪ੍ਰਧਾਨ ਮੰਤਰੀ ਸ੍ਰੀ ਯੋਜਨਾ ਸਭ ਤੋਂ ਪਹਿਲਾਂ ਤਾਂ ਦੇਖੋ ਇਸ ਦੀ ਫੁੱਲ ਫਾਰਮ ਕੀ ਬਣ ਰਹੀ ਆ ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇਨ ਇੰਡੀਆ ਇਹਦੇ ਵਿੱਚ ਕੋਈ ਨਵੇਂ ਸਕੂਲ ਨਹੀਂ ਖੋਲੇ ਜਾ ਰਹੇ ਬਲਕਿ ਜਿਹੜੇ ਪਹਿਲਾਂ ਦੇ ਸਕੂਲ ਆ ਉਹਨਾਂ ਨੂੰ ਹੀ ਮੋਡੀਫਾਈ ਕੀਤਾ ਜਾਵੇਗਾ ਤੇ ਯੋਜਨਾ ਸ਼ੁਰੂ ਕੀਤੀ ਛਤੀਸਗੜ੍ਹ ਨੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਛਤੀਸਗੜ੍ਹ ਹੁਣ ਛਤੀਸਗੜ੍ਹ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ੍ਹ ਛਤੀਸਗੜ੍ਹ ਦੀ ਕੈਪੀਟਲ ਕੀ ਆ ਰਾਇਪੁਰ ਇਥੋਂ ਦੇ ਚੀਫ ਮਿਨਿਸਟਰ ਆ ਵਿਸ਼ਨੂ ਦੇਵ ਸਾਈ ਅਤੇ ਗਵਰਨਰ ਆ ਵਿਸ਼ਵਾਪੂਸ਼ਨ ਹਰੀ ਚੰਦਰਨ ਛਤੀਸਗੜ੍ਹ ਦੇ ਵਿੱਚ ਗੁਰੂ ਕਾਸੀਦਾਸ ਨੈਸ਼ਨਲ ਪਾਰਕ ਆ ਕਾਂਗਰ ਬੈਲੀ ਨੈਸ਼ਨਲ ਪਾਰਕ ਆ ਇੰਦਰਾਵਤੀ ਨੈਸ਼ਨਲ ਪਾਰਕ ਆ ਛਤੀਸਗੜ੍ਹ ਦੇ ਵਿੱਚ ਗੈਰ ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ। ਬਸਵਰਾਜੂ ਐਸ ਨੂੰ ਛਤੀਸਗੜ ਦੇ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ। ਰਮਨ ਸਿੰਘ ਛਤੀਸਗੜ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਛਤੀਸਗੜ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ। ਛਤੀਸਗੜ ਦੀ ਪੈਲਮਾ ਖਾਨ ਕੋਲਾ ਪੈਦਾ ਕਰਨ ਵਾਲੀ ਐਸ ਸੀ ਸੀ ਐਲ ਦੀ ਪਹਿਲੀ ਓਪਨ ਕਾਸਟ ਖਾਨ ਬਣੀ। ਨੈਕਸਟ ਹੈ ਇਸਨੇ ਹਾਲ ਹੀ ਵਿੱਚ ਡਬਲਿਨ ਇਨ ਡਿਪਲੋਮੇਸੀ ਨਾਮ ਦੀ ਕਿਤਾਬ ਲਿਖੀ ਹਾਂਜੀ ਡਬਲਿਨ ਇਨ ਡਿਪਲੋਮੇਸੀ ਨਾਮ ਦੀ ਜਿਹੜੀ ਕਿਤਾਬ ਆ ਇਹ ਲਿਖੀ ਆ ਐਸ ਡੀ ਮੁੰਨੀ ਨੇ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਤੁਹਾਡੇ ਲਈ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਬਹੁਤ ਇੰਪੋਰਟੈਂਟ ਆ ਤੇ ਸੇਮ ਇਸੇ ਤਰ੍ਹਾਂ ਮੈਂ ਤੁਹਾਨੂੰ ਕਰਵਾਇਆ ਸੀ ਕਿ ਚਿਤਰਾ ਬੈਨਰਜੀ ਨੇ ਐਨ ਅਨਕਾਮਨ ਲਵ ði ਅਰਲੀ ði ਅਰਲੀ ਲਾਈਫ ਆਫ ਸੁਦਾ ਐਂਡ ਰੈਨ ਮੂਰਤੀ ਨਾਮ ਦੀ ਕਿਤਾਬ ਲਿਖੀ ਉਪੇਂਦਰ ਜਾਦਵ ਨੇ ਮੋਦੀ ਐਨਰਜਿੰਗ ਏ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਆ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਵਿੱਚ ਕੇਲਾ ਫੈਸਟੀਵਲ 2024 ਦਾ ਆਯੋਜਨ ਕੀਤਾ ਗਿਆ ਹਾਂਜੀ ਕੇਲਾ ਫੈਸਟੀਵਲ ਜਾਨੀ ਕਿ ਬਨਾਣਾ ਫੈਸਟੀਵਲ 2024 ਆ ਜਿਹੜਾ ਇਹ ਮੱਧ ਪ੍ਰਦੇਸ਼ ਦੇ ਵਿੱਚ ਆਯੋਜਿਤ ਕੀਤਾ ਗਿਆ ਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਉਹਨ ਮੱਧ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਧ ਪ੍ਰਦੇਸ਼ ਮਧ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਮਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਚੀਫ ਮਿਨਿਸਟਰ ਡਾਕਟਰ ਮੋਹਨ ਜਾਦਵ ਗਵਰਨਰ ਆ ਮੰਗੂਪਾਈ ਸ਼ੱਗਨਪਾਈ ਪਟੇਲ ਮਧ ਪ੍ਰਦੇਸ਼ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਟੌਪ ਤੇ ਆ ਮਧ ਪ੍ਰਦੇਸ਼ ਦੇ ਵਿੱਚ ਕੋਹ ਨੂੰ ਨੈਸ਼ਨਲ ਪਾਰਕ ਸੰਜੇ ਨੈਸ਼ਨਲ ਪਾਰਕ ਆ ਮਾधव نیشنل ਪਾਰਕਾ ਮੰਡਲਾ ਪਲੈਂਟ ਫਾਸਿਲ نیشنل ਪਾਰਕਾ ਕਾਨਾ نیشنل ਪਾਰਕਾ ਵੰਦਵਗੜ نیشنل ਪਾਰਕਾ வனবিহার نیشنل ਪਾਰਕਾ ਰੂਦਰ ਸਾਗਰ ਝੀਲ نیشنل ਪਾਰਕਾ ਪੈਂਚ نیشنل ਪਾਰਕਾ ਸਤਪੂਰਾ نیشنل ਪਾਰਕਾ ਪੰਨਾ نیشنل ਪਾਰਕਾ نیشنل ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਹੈ ਮੱਧ ਪ੍ਰਦੇਸ਼ 2 ਤੇ ਅੰਡੀਮਾਨ ਨਿਕੋਬਰ 3 ਤੇ ਹੈ ਅਸਾਮ ਮਧ ਪ੍ਰਦੇਸ਼ ਦੇ ਪੋਪਾਲ ਦੇ ਚਿੜੀਆ ਘਰ ਵਿੱਚ ਭਾਰਤ ਦੇ ਸਭ ਤੋਂ ਬਜ਼ੁਰਗ ਸਾਲੂ ਥ੍ਰਿਸ਼ ਜਿਸ ਦਾ ਨਾਮ ਸੀ ਬਬਲੂ ਇਸ ਦੀ ਡੈਥ ਹੋਈ। ਮਧ ਪ੍ਰਦੇਸ਼ ਵਿੱਚ ਦੇਸ਼ ਦੀ ਪਹਿਲੀ ਸਿਹਤਮੰਦ ਅਤੇ ਸਾਫ਼ ਫੂਡ ਸਟ੍ਰੀਟ ਪ੍ਰਸਾਦਮ ਦਾ ਉਦਘਾਟਨ ਕੀਤਾ ਗਿਆ। ਮਧ ਪ੍ਰਦੇਸ਼ ਕੈਬਨਿਟ ਨੇ ਰਾਣੀ ਦੁਰਗਾਬਤੀ ਅੰਨਾ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਸਾਰੇ ਜ਼ਿਲ੍ਹਿਆਂ ਵਿੱਚ ਮਧ ਪ੍ਰਦੇਸ਼ ਸਰਕਾਰੀ ਪੀਐਮ ਸਕਾਲਰਸ ਆਫ ਐਕਸੀਲੈਂਸ ਦੀ ਸਥਾਪਨਾ ਕਰੇਗਾ। ਨੈਕਸਟ ਹੈ ਕਿਸ ਨੇ ਹਾਲੇ ਹੀ ਵਿੱਚ 2024 ਦਾ ਅੰਡਰਵਾਟਰ ਫੋਟੋਗ੍ਰਾਫਰ ਅਵਾਰਡ ਜਿੱਤੇ ਆ ਹਾਂਜੀ 2024 ਦਾ ਅੰਡਰਵਾਟਰ ਫੋਟੋਗ੍ਰਾਫਰ ਅਵਾਰਡ ਇਹ ਜਿੱਤੇ ਆ ਵਾ ਜੀ ਐਲੈਕਸਨ ਡੋਸਨ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਐਲੈਕਸ ਡੋਸਨ ਨੇ ਅੰਡਰਵਾਟਰ 2024 ਦਾ ਅਵਾਰਡ ਜਿੱਤਿਆ ਵਾ ਫੋਟੋਗ੍ਰਾਫਰ ਦੇ ਲਈ ਤੇ ਅਵਾਰਡ ਦੀ ਗੱਲ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਸੱਸੀ ਤਰੂਰ ਨੂੰ ਫਰਾਂਸ ਦੇ ਸਰਵਉੱਚ ਨਾਗਰਿਕ ਅਵਾਰਡ ਸੈਵਲਿਅਰ ਡੇ ਲਾ ਲੀਜ਼ਨ ਦੀ ਆਨਰ ਨਾਲ ਸਨਮਾਨਿਤ ਕੀਤਾ ਗਿਆ ਤੇ ਓਪਨਹਾਇਮਰ ਨੇ 77ਵੇਂ ਵਾਫਟਾ ਅਵਾਰਡ 2024 ਵਿੱਚ ਸਰਵੋਤਮ ਫਿਲਮ ਅਵਾਰਡ ਜਿੱਤੇ ਆ ਫਿਲਮ ਦਾ ਨਾਮ ਕੀ ਆ ਓਪਨਹਾਇਮਰ ਗੁਲਜ਼ਾਰ ਅਤੇ ਰਾਮ ਪਧਰਾਚਾਰੀਆ ਨੂੰ 58ਵੇਂ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ हाल ही ਵਿੱਚ ਉੱਤਰੀ ਭਾਰਤ ਦਾ ਪਹਿਲਾ ਪੀਜ਼ਾ ਏਟੀਐਮ ਕਿੱਥੇ ਖੋਲਿਆ ਗਿਆ? ਹਾਂਜੀ ਉੱਤਰੀ ਭਾਰਤ ਦਾ ਪਹਿਲਾ ਪੀਜ਼ਾ ਏਟੀਐਮ ਖੁੱਲਿਆ ਵਾ ਚੰਡੀਗੜ੍ਹ ਦੇ ਵਿੱਚ ਸੁਖਨਾ ਚੀਲ ਤੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਉੱਤਰ ਭਾਰਤ ਦਾ ਪਹਿਲਾ ਪੀਜ਼ਾ ਏਟੀਐਮ ਆ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਕਦੋਂ ਮਨਾਇਆ ਗਿਆ? ਹਾਂਜੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਯੂਨੇਸਕੋ ਦੁਆਰਾ ਹਰੇਕ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜੁਨੇਸਕੋ ਇਸ ਨੂੰ ਮਨਾਉਂਦਾ ਵਾ ਤੇ ਜੁਨੇਸਕੋ ਨੇ ਇਸ ਨੂੰ ਮਨਾਉਣ ਦੀ ਘੋਸ਼ਣਾ 1999 ਦੇ ਵਿੱਚ ਕੀਤੀ ਸੀ ਠੀਕ ਹੈ ਤੇ ਇਸ ਵਾਰ ਦੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਜਾਂ ਮਾਤਰ ਭਾਸ਼ਾ ਦਿਵਸ ਦੀ ਥੀਮ ਕੀ ਆ মালਟੀ ਲੈਂਗੁਏਜ ਮਲਟੀ ਲੈਂਗੁਏਜ ਐਜੂਕੇਸ਼ਨ ਅ ਪੀਲਰ ਆਫ ਲਰਨਿੰਗ ਐਂਡ ਇੰਟਰਨੈਸ਼ਨਲ ਲਰਨਿੰਗ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ 21 ਫਰਵਰੀ ਨੂੰ ਕਿਸ ਰਾਜ ਦਾ ਸਥਾਪਨਾ ਦਿਵਸ ਬਣਾਇਆ ਗਿਆ ਹਾਂਜੀ 21 ਫਰਵਰੀ ਨੂੰ ਕਿਹੜੇ ਕਿਹੜੇ ਰਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ ਤ੍ਰਿਪੁਰਾ ਮਨੀਪੁਰ ਮਿਗਾਲਿਆ ਉਪਰੋਕਤ ਸਾਰੇ ਹੀ ਦੇਸ਼ਾਂ ਦਾ 21 ਫਰਵਰੀ ਨੂੰ ਸਥਾਪਨਾ ਦਿਵਸ ਮਨਾਇਆ ਗਿਆ ਤੇ ਕੱਲ ਮੈਂ ਤੁਹਾਨੂੰ ਕਰਵਾਇਆ ਸੀ ਕਿ 20 ਫਰਵਰੀ ਨੂੰ ਮਿਜ਼ੋਰਮ ਅਤੇ ਅਰुणाਚਲ ਪ੍ਰਦੇਸ਼ ਦਾ ਸਥਾਪਨਾ ਦਿਵਸ ਮਨਾਇਆ ਗਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਭ ਤੋਂ ਵੱਡਾ ਕਬਾਈਲੀ ਤਿਹਾਰ ਸਨਮੱਕਾ ਸਾਰਾਕਾ ਮੈਦਾਰਮ ਜਥਾਰਾ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਸਨ ਮੱਕਾ ਸਾਰਾਕਾ ਮੇਦਾਰਮ ਜੱਥਾਰਾ ਇਹ ਪੂਰਾ ਨਾਮ ਆ ਫੈਸਟੀਵਲ ਦਾ ਇਹ ਆਯੋਜਿਤ ਕੀਤਾ ਗਿਆ ਵਾ ਜੀ ਤੇਲੰਗਾਨਾ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਤੇਲੰਗਾਨਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਤੇਲੰਗਾਨਾ ਦੀ ਕੈਪੀਟਲ ਕੀ ਆ ਹਾਈਦਰਾਬਾਦ ਇੱਥੋਂ ਦੇ ਚੀਫ ਮਨਿਸਟਰ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਤੇਲੰਗਾਨਾ ਦੇ ਚੀਫ ਮਿਨਿਸਟਰ ਆ ਰਿਵੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤੇਲੰਗਾਨਾ ਦੇ ਵਿੱਚ ਵਿਰਗਬਾਨੀ ਨੈਸ਼ਨਲ ਪਾਰਕ ਕਾ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਕਾ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਕਾ ਪਾਖੇਲ ਵਾਈਲਡਲਾਈਫ ਸੈਂਚੂਰੀ ਆ ਕਾਬਲਾ ਵਾਈਲਡਲਾਈਫ ਸੈਂਚੂਰੀ ਆ ਤੇਲੰਗਣਾ ਵਿੱਚ ਕੋਮੂਰਾਵੇਲੀ ਰੇਲਵੇ ਸਟੇਸ਼ਨ ਦਾ ਨੀ ਪੱਥਰ ਰੱਖਿਆ ਗਿਆ ਤਲੰਗਣਾ ਇੰਟਰਨੈਟ ਨੂੰ ਮੌਲਿਕ ਅਧਿਕਾਰ ਬਣਾਉਣ ਵਾਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੱਬ ਸਥਾਪਿਤ ਕਰਨ ਵਾਲਾ ਪਹਿਲਾ ਰਾਜ ਬਣਿਆ ਠੀਕ ਹੈ ਤਲੰਗਣਾ ਇੰਟਰਨੈਟ ਨੂੰ ਮੌਲਿਕ ਅਧਿਕਾਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਥਾਬਾ ਜਿਹੜੀ ਉਹ ਸਥਾਪਿਤ ਕਰੇਗਾ ਤਲੰਗਣਾ ਦੇ ਮੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਇੱਕ ਹੈਲਪ ਡੈਸਕ ਲਾਂਚ ਕੀਤਾ ਤਲੰਗਣਾ ਸਰਕਾਰ ਦੁਆਰਾ ਪ੍ਰਜਾਪਾਲਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਲੰਗਣਾ ਸਰਕਾਰ ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਮੁਫਤ ਵਸ ਸੇਵਾ ਸ਼ੁਰੂ ਕਰੇਗੀ ਨੈਕਸਟ ਹੈ ਹਾਲ ਹੀ ਵਿੱਚ ਸਭ ਤੋਂ ਤੇਜ਼ 10000 T20 ਦੌੜਾਂ ਕਿਸ ਨੇ ਬਣਾਈਆਂ ਹਾਂਜੀ ਸਭ ਤੋਂ ਤੇਜ਼ 10000 T20 ਦੌੜਾਂ ਬਣਾਈਆਂ ਨੇ ਬਾਬਰ ਆਜ਼ਮ ਨੇ ਪਾਕਿਸਤਾਨ ਦੇ ਖਿਡਾਰੀ ਆ ਪਾਕਿਸਤਾਨ ਦੇ ਕ੍ਰਿਕਟਰ ਆ ਬਾਬਰ ਆਜ਼ਮ ਤੇ ਇਹਨਾਂ ਨੇ ਸਭ ਤੋਂ ਤੇਜ਼ 10000 T20 ਦੌੜਾਂ ਬਣਾਈਆਂ ਮ T20 ਦੇ ਵਿੱਚ 10000 ਦੌੜਾਂ ਬਣਾਈਆਂ ਬਾਬਰ ਆਜ਼ਮ ਨੇ 271 ਪਾਰੀਆਂ ਵਿੱਚ 10000 ਰਨ ਬਣਾਏ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਕ੍ਰਿਕਟ ਦੀ ਗੱਲ ਆ ਤਾਂ ਐਮ ਐਸ Dhoni ਨੂੰ IPL ਦੀ ਸਰਬਕਾਲੀ ਮਹਾਨ ਟੀਮ ਦਾ ਕਪਤਾਨ ਚੁਣਿਆ ਗਿਆ ਆਰ ਅਸ਼ਵਿਨ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਅਨਿਲ ਕੁੰਗਲੇ ਤੋਂ ਬਾਅਦ ਦੂਜੇ ਖਿਡਾਰੀ ਬਣੇ ਚੈਨਈ ਸੁਪਰ ਕਿੰਗਜ਼ ਨੇ ਅਧਿਕਾਰਤ ਸਪான்ਸਰ ਵਜੋਂ ਇਤਿਹਾਰ 에ਅਰਵੇਜ਼ ਨਾਲ ਸਮਝੌਤਾ ਕੀਤਾ ਪੈਟ ਕਮਿੰਸ ਅਤੇ ਦੀਪਤੀ ਸ਼ਰਮਾ ਨੂੰ ਦਸੰਬਰ ਲਈ ਆਈਸੀਸੀ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜਾ ਦੇਸ਼ 2030 ਤੱਕ ਦੋਵੱਲੇ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ ਹੋਏ ਹਨ ਹਾਂਜੀ ਭਾਰਤ ਅਤੇ ਗ੍ਰੀਸ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ ਹੋਏ ਠੀਕ ਹੈ ਭਾਰਤ ਤੇ ਗ੍ਰੀਸ ਦੇ ਵਿਚਕਾਰ ਜਿਹੜਾ ਵਪਾਰ ਵਪਾਰ ਹੁੰਦਾ ਤੇ ਇਹ ਇਹ ਸਹਿਮਤੀ ਕੀਤੀ ਗਈ ਹੈ ਕਿ 2030 ਤੱਕ ਉਹਨੂੰ ਦੁੱਗਣਾ ਕਰ ਦਿੱਤਾ ਜਾਵੇਗਾ ਮਤਲਬ ਦੋਨੇ ਦੇਸ਼ ਹੈ ਜਿਹੜੇ ਉਹ ਬਰਾਬਰ ਦਾ ਸਹਿਯੋਗ ਦੇਣਗੇ ਠੀਕ ਹੈ ਗ੍ਰੀਸ ਦੇ ਜਿਹੜੇ ਪ੍ਰਧਾਨ ਮੰਤਰੀ ਆ ਤ੍ਰਿਆ ਕੋਸ ਤ੍ਰਿਆ ਕੋਸ ਮਿਟਸੋਤਾ ਕਿਸ ਇਹ ਭਾਰਤ ਆਏ ਤਿੱਥੀ ਸਮਝੌਤਾ ਹੋਇਆ ਵਾ ਠੀਕ ਹੈ ਭਾਰਤ ਆਏ ਹੋਇਆ ਭਾਰਤ ਦੀ ਯਾਤਰਾ ਤੇ ਆਏ ਹੋਇਆ ਹੁਣ ਗ੍ਰੀਸ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗ੍ਰੀਸ ਗ੍ਰੀਸ ਦੀ ਕੈਪੀਟਲ ਕੀ ਆ ਐਥੈਂਸ ਇੱਥੋਂ ਦੀ ਕਰੰਸੀ ਆ ਯੂਰੋ ਤੇ ਪ੍ਰਾਈਮ ਮਿਨਿਸਟਰ ਆ ਕ੍ਰੀਆ ਕੋਸ ਮਿਟਸੋਤਾ ਕਿਸ ਠੀਕ ਹੈ ਮਿਟਸੋਤਾ ਕਿਸ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਆਲਿਹੀ ਵਿੱਚ ਕਿਸ ਦੇਸ਼ ਵਿੱਚ ਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ ਹਾਂਜੀ ਰਾਸ਼ਟਰੀ ਲੋਕਤੰਤਰ ਦਿਵਸ ਰੀਸੈਂਟਲੀ ਨੇਪਾਲ ਦੇ ਵਿੱਚ ਮਨਾਇਆ ਗਿਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੇਪਾਲ ਦੀ ਗੱਲ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ ਨੇਪਾਲ ਦੀ ਕੈਪੀਟਲ ਕੀ ਹੈ ਕਾਠਮਾਂਡੂ ਕਰੰਸੀ ਯਰ ਨੇਪਾਲੀ ਰੁਪਇਆ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦਾਹਲਪਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਪੰਡੇਲ ਬਹੁ-ਰਾਸ਼ਟਰੀ ਫੌਜੀ ਅਭਿਆਸ ਸ਼ਾਂਤੀ ਪ੍ਰਯਾਸ 4 ਨੇਪਾਲ ਦੇ ਵਿੱਚ ਸ਼ੁਰੂ ਹੋਇਆ ਤੇ ਇਸ ਦੇ ਵਿੱਚ 19 ਦੇਸ਼ ਪਾਰਟਿਸਿਪੇਟ ਕਰਨਗੇ। ਨੇਪਾਲ ਦੇ તમામ ਭਾਈਚਾਰੇ ਨੇ ਸੋਨਮ ਲੋਸਰ ਮੌਕੇ ਨਵਾਂ ਸਾਲ ਮਨਾਇਆ। ਨੇਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10000 ਮੈਗਾਵਾਟ ਬਿਜਲੀ ਨਿਰਜ਼ਾਦ ਕਰੇਗਾ। ਨੇਪਾਲ ਅਧਿਕਾਰਤ ਤੌਰ ਤੇ ਸੰਮਲੰਗੀ ਬਿਆਨ ਰਜਿਸਟਰ ਕਰਨ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਿਆ। ਭਾਰਤ ਤੇ ਨੇਪਾਲ ਵਿੱਚ ਘਾਰ ਝੂਲਾ ਘਾਟ ਸਸਪੈਂਸ਼ਨ ਵਿੱਚ ਪੂਰੀ ਤਰ੍ਹਾਂ ਚੱਲੂ ਹੋਇਆ। ਨੇਪਾਲ ਨੇ T20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।